ਸਤਿ ਸ਼੍ਰੀ ਅਕਾਲ ਜੀ। ਦੁਨੀਆ ਦੇ ਹਰ ਇੱਕ ਕੋਨੇ ਤੇ ਬੈਠੇ ਪਿੰਡੋ ਆਸਟ੍ਰੇਲੀਆ ਦੇ ਦਰਸ਼ਕ ਤੇ ਪੰਜਾਬੀ ਭਾਈਚਾਰੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖੋਗੇ ਜੀ, ਬਹੁਤ ਦਿਨਾਂ ਬਾਅਦ ਅੱਜ ਅਸੀਂ ਫੇਰ ਇਕੱਠੇ ਹੋਏ ਆ। ਮਿੰਟੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਸੁਖਵੰਤ ਸਿੰਘ ਜੀ, ਤੇ ਮੇਰੇ ਵੱਲੋਂ ਵੀ ਸਾਰੇ ਪਿੰਡੋ ਆਸਟ੍ਰੇਲੀਆ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਤੇ ਬਹੁਤ ਸੋਹਣਾ ਤੇ ਖੂਬਸੂਰਤ ਥਾਂ ਤੇ ਖੂਬਸੂਰਤ ਮੌਸਮ 'ਚ ਖੜੇ ਆ। ਬਿਲਕੁਲ ਜੀ, ਕਾਫੀ ਦੇਰ ਬਾਅਦ ਲੋਕਾਂ ਨੇ ਮੈਨੂੰ ਆਪਣੂੰ ਕਿਹਾ ਕਿ ਦਰਸ਼ਕਾਂ ਨੇ ਵੀ ਕਈ ਬਾਈ ਪ੍ਰੋਗਰਾਮ ਸ਼ੁਰੂ ਕਰੋ, ਕੀ ਹੋਇਆ? ਰੁਝੇਵੇਂ ਬਹੁਤ ਸੀਗੇ, ਪਰ ਅੱਜ ਖਾਸ ਇਸ ਕਰਕੇ ਹੋਏ ਆ ਜੀ ਕਿਉਂਕਿ ਸਾਡੇ ਆਪਣੇ ਘਰ ਵਿਆਹ ਹੋ ਰਿਹਾ ਜੀ। ਵਿਆਹ ਵੀ ਐਡਾ ਵੱਡਾ ਕਿ ਵੀ ਦੁਨੀਆ ਜਾਣਦੀ ਆ ਉਹਨੂੰ। ਤੇ ਮੈਂ ਮਤਲਬ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਐਡਲੇਡ 'ਚ 36ਵੀਆਂ ਸਿੱਖ ਗੇਮਾਂ ਇਸ ਵਾਰ ਹੋਣ ਜਾ ਰਹੀਆਂ ਨੇ, ਤੇ ਉਹਦੇ ਬਾਰੇ ਅਸੀਂ ਅੱਜ ਖਾਸ ਵੀਡੀਓ ਤੁਹਾਡੇ ਨਾਲ ਮਤਲਬ ਕਿ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ, ਇਨਫੋਰਮੇਸ਼ਨ ਹੋਊਗੀ। ਤੇ ਬਾਈ ਜੀ, ਸਟਾਰਟ ਕਰਨ ਤੋਂ ਪਹਿਲਾਂ ਮੈਂ, ਕਿਉਂਕਿ ਤੁਸੀਂ ਪਹਿਲਾਂ ਵੀ ਗੇਮਾਂ ਨਾਲ ਜੁੜੇ ਹੋਏ ਹੋ ਤੇ ਇਸ ਵਾਰ ਫੇਰ ਮਤਲਬ ਗੇਮਾਂ ਨਾਲ ਦੁਬਾਰਾ ਆਪਣਾ, ਵੈਸੇ ਵੀ ਮੀਡੀਆ ਪ੍ਰਤੀ ਵੀ ਆਪਣਾ ਬਣਦਾ ਫਰਜ, ਤੇ ਵੈਸੇ ਵੀ ਤੁਸੀਂ ਨਾਲ ਜੁੜੇ ਹੋਏ ਹੋ, ਤੇ ਥੋੜਾ ਜਿਹਾ ਇੱਕ ਵਾਰੀ ਹਿਸਟਰੀ ਤੇ ਅੱਗੇ ਕੀ ਕਰਨਾ ਆਪਣੇ ਪ੍ਰੋਗਰਾਮ ਕੀ ਹੈ ਗੇਮਾਂ ਦਾ, ਤੇ ਥੋੜਾ ਚਾਨਣਾ ਪਾਓ। ਬਿਲਕੁਲ ਜੀ, ਸਾਰੇ ਦਰਸ਼ਕਾਂ ਨੂੰ, ਵੈਸੇ ਤਾਂ ਜਿਹੜੇ ਆਪਣੇ ਨਾਲ ਜੁੜੇ ਆ ਦਰਸ਼ਕ, ਉਹਨਾਂ ਨੂੰ ਸਿੱਖ ਖੇਡਾਂ ਦਾ ਗਾਏ ਬਗਾਏ ਆਪਾਂ ਗੱਲ ਆਉਂਦੀ ਰਹਿੰਦੀ ਹਾਂ ਜੀ, ਪਰ ਫਿਰ ਵੀ ਜਿਹੜੇ ਨਵੇਂ ਜੁੜੇ ਆ ਆਪਾਂ ਉਹਨਾਂ ਨੂੰ ਦੱਸ ਦਈਏ ਵੀ ਸਿੱਖ ਖੇਡਾਂ 36 ਸਾਲ, ਜਿਵੇਂ 36ਵੀਆਂ ਮੀਨਸ 36 ਸਾਲ ਤੋਂ ਹੋ ਰਹੀਆਂ ਜੀ ਇਹ ਸਿੱਖ ਖੇਡਾਂ ਜਿਹੜੀਆਂ। ਸਭ ਤੋਂ ਜਿਹੜੀ ਵੱਡੀ ਗੱਲ ਜੇ ਕਹੀ ਹੈਗੇ ਤਾਂ ਦੁਨੀਆ ਦੇ ਨਕਸ਼ੇ ਦੇ ਉੱਤੇ, ਹਾਂਜੀ ਇਹ ਅਸੀਂ ਦਾਅਵਾ ਨਹੀਂ ਕਰ ਰਹੇ, ਇਹ ਤੁਸੀਂ ਅੰਕੜੇ ਫਰੋਲ ਕੇ ਦੇਖ ਲਿਓ। ਹਾਂਜੀ, ਦੁਨੀਆ ਦੇ ਨਕਸ਼ੇ ਉੱਤੇ ਇੱਕ ਕਮਿਊਨਿਟੀ ਵੱਲੋਂ ਸਭ ਤੋਂ ਪੁਰਾਣੇ ਸਮੇਂ ਤੋਂ ਕਰਾਈਆਂ ਜਾ ਰਹੀਆਂ ਖੇਡਾਂ। ਕੀ ਬਾਤ ਹੈ, ਇਕੱਲੀਆਂ 36 ਸਾਲ ਇੱਥੇ ਨਾ ਗਿਣੋ, ਇਹ ਤੋਂ ਪਹਿਲਾਂ ਮਲੇਸ਼ੀਆ 'ਚ ਵੀ ਹੋ ਰਹੀਆਂ ਸੀ ਖੇਡਾਂ। ਸੋ ਬਹੁਤ ਲੰਮੇ ਸਮੇਂ ਤੋਂ ਇੱਕ ਕਮਿਊਨਿਟੀ ਵੱਲੋਂ ਕਰਾਈਆਂ ਜਾਂਦੀਆਂ ਇਹ ਖੇਡਾਂ, ਤੇ ਜਿਹ 'ਚ 36 ਸਾਲ ਆਸਟ੍ਰੇਲੀਆ ਨੂੰ ਹਿੱਸਾ ਲੈਂਦਿਆਂ ਨੂੰ ਹੋ ਗਏ। ਤੇ ਸਾਰਿਆਂ ਤੋਂ ਖੂਬਸੂਰਤ ਗੱਲ ਇਹ 'ਚ ਇਹ ਆ ਵੀ ਇਹ ਸ਼ੁਰੂਆਤ ਐਡਲੇਡ ਤੋਂ ਹੋਈਆਂ। ਹਾਂਜੀ, 1988 ਦੇ ਵਿੱਚ ਐਡਲੇਡ ਇੱਕ ਗੁਰਦੁਆਰਾ ਸਾਹਿਬ ਦਾ ਜਿਹੜਾ ਆਰੰਭਤ ਕਰਨੀ ਸੀ, ਉਸ ਟਾਈਮ ਦੇ ਉੱਤੇ ਦੋ ਟੀਮਾਂ ਨੇ ਆਪਸ ਵਿੱਚ ਮੈਚ ਖੇਡੇ, ਮੈਲਬਨ ਤੋਂ ਆਏ ਟੀਮ ਪਲੇਅਰ, ਤੇ ਉਹਨਾਂ ਨੂੰ ਨਾਂ ਦਿੱਤਾ ਗਿਆ ਲੋਕਾਂ ਨੇ ਵੀ ਸਿੱਖਾਂ ਦੀਆਂ ਖੇਡਾਂ, ਕਿਉਂਕਿ ਉਦੋਂ ਹਾਕੀ ਸੀ ਤੇ ਸਿੱਖ ਵੀ ਹਾਕੀ 'ਚ ਜ਼ਿਆਦਾ ਖੇਡਦੇ ਸੀ, ਤਾਂ ਉਦੋਂ ਤੋਂ ਇਹ ਸਿੱਖ ਖੇਡਾਂ ਦਾ ਨਾਂ ਪੈ ਗਿਆ। ਕਈ ਵਾਰੀ ਲੋਕ ਨਾ ਧਰਮ ਨਾਲ ਜਾਂ ਛੋਟੇ ਚੀਜ਼ ਚੁਲਝ ਕੇ ਉਹਨਾਂ ਨੂੰ ਐਂ ਲੱਗਦਾ ਖਣੀ ਵੀ ਇਹ ਇੱਕੋ ਹੀ ਕਮਿਊਨਿਟੀ ਜਾਂ ਇੱਦਾਂ ਦੀ ਆ, ਪਰ ਇੱਦਾਂ ਨਹੀਂ ਹੈ, ਇੱਕ ਬਹੁਤ ਵੱਡੀਆਂ ਤੇ ਬਹੁਤ ਵਿਸ਼ਾਲਤਾ ਵਾਲੀਆਂ ਖੇਡਾਂ ਨਾ ਸਿੱਖ ਖੇਡਾਂ ਹੋਣਾ ਇਹਨੂੰ ਕੋਈ ਦਾਇਰਿਆਂ 'ਚ ਨਹੀਂ ਬਣਦਾ, ਤੇ ਮੈਂ ਬੁਰਾ ਵੀ ਨਹੀਂ ਮੰਨਦਾ। ਕਈ ਵਾਰੀ ਇਤਰਾਜ਼ ਆਉਂਦਾ, ਪਰ ਇਹ 'ਚ ਕੀ ਬੁਰਾ ਗੱਲ ਆ, ਸਿੱਖ ਮੈਨੇ ਸਿੱਖਣਾ, ਸਿੱਖ ਕੌਮ ਨੇ ਜਾਂ ਸਿੱਖ ਸਾਡੇ ਗੁਰੂਆਂ ਨੇ ਕੀ ਨਹੀਂ ਦਿੱਤਾ ਸਮਾਜ ਨੂੰ, ਸੋਚ ਜੇ ਉਹਨਾਂ ਦਾ ਨਾਂ ਆਉਂਦਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਕੋਈ ਇਹਨੂੰ ਇੱਕ ਪਾਸੇ ਰੱਖ ਦਈਏ। ਪਰ 88 ਤੋਂ ਬਾਅਦ ਇਹਦਾ ਸਰਕਲ ਇਹ ਜਿਹਾ ਬਣਿਆ ਵੀ ਉਦੋਂ ਅਗਲੇ ਸਾਲ ਮੈਲਬਨ ਵਾਲੇ ਕਹਿੰਦੇ ਸਾਡੇ ਆਓ ਆਪਾਂ ਇੱਥੇ ਖੇਡਦੇ ਹਾਂ, ਫਿਰ ਉਦੋਂ ਅਗਲੇ ਸਾਲ ਸਿਡਨੀ ਵਾਲੇ ਆਦੇ ਸਾਡੇ ਆਓ, ਐਂ ਕਰਦੇ ਕਰਾਉਂਦੇ ਮੈਲਬਨ ਸਿਡਨੀ ਬ੍ਰਿਸਬੇਨ ਤੇ ਇੱਕ ਕੌਫ ਸਾਰਵਰ ਬਲਗੂਲਗਾ ਜਿੱਥੇ ਪਹਿਲੀ ਵਸੋ ਸੀ ਪੰਜਾਬੀਆਂ ਦੀ, ਉਹ ਜੁੜ ਗਏ। ਸੋ ਇਹ ਟੋਟਲ ਜਦੋਂ 5-6 ਪੁਆਇੰਟ ਜੁੜ ਗਏ, ਪਰਫੈਕਟ ਹੋ ਗਿਆ ਜੀ, ਤੇ 6 ਹੋ ਗਏ, ਤਾਂ 6ਵੇਂ ਸਾਲ ਇੱਕ ਸ਼ਹਿਰ ਦੀ ਵਾਰੀ ਆਉਣ ਲੱਗ ਗਈ। ਸੋ 88 ਤੋਂ ਸਟਾਰਟ ਹੋਈਆਂ 36 ਸਾਲ ਹੋ ਗਏ ਹੁਣ, ਯਾਨੀ ਕਿ ਜੇ ਕਹੀਏ ਐਡਲੇਡ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਮੈਂ ਤਕਰੀਬਨ 11 ਦੀਆਂ 17 ਦੀਆਂ ਤੇ ਇਹ ਹੋਣ ਵਾਲੀਆਂ ਤਿੰਨਾਂ ਖੇਡਾਂ 'ਚ ਐਕਟਿਵਲੀ ਹੈਗਾ, ਪਰ ਉਦੋਂ ਪਹਿਲਾਂ ਵੀ ਮੇਰੀ, ਕਿਉਂਕਿ ਇੱਥੇ ਰਿਸ਼ਤੇ ਸੀਗੇ ਤਾਂ ਕਰਕੇ ਮੈਂ ਇਹਨਾਂ ਖੇਡਾਂ ਬਾਰੇ ਬਹੁਤ ਕੁਝ ਜਾਣਦਾ ਸੀ, ਤੇ ਮੈਂ ਕਈ ਵਾਰੀ ਦੱਸਦਾ ਹੁੰਦਾ ਵੀ ਮੈਂ ਖੇਡਾਂ ਦਾ ਟਰੈਕ ਸੂਟ ਤਾਂ ਮੈਂ 94 'ਚ ਹੀ ਪਾ ਲਿਆ ਸੀ, ਕਿਉਂਕਿ ਉਦੋਂ ਟਰੈਕ ਸੂਟ ਚਪਵਾ ਕੇ ਲਿਜਾਂਦੇ ਤੇ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਉਹ ਟਰੈਕ ਸੂਟ ਦਿੱਤਾ, ਤੇ ਮੈਂ ਉਦੋਂ ਤੋਂ ਇਹਨਾਂ ਖੇਡਾਂ ਨਾਲ ਇੱਕ ਜਗਿਆਸੀ ਤੌਰ ਤੇ ਜੁੜਿਆ ਸੀ। ਸਹੀ ਹੈ। ਸੋ ਹੁਣ ਕਹਾਣੀ ਇਹ ਆ ਵੀ ਜਿਹੜੀਆਂ ਇਹ ਖੇਡਾਂ ਦਾ ਜਿਹੜਾ ਰੂਪ ਰੇਖਾ ਤਾਂ ਤੁਸੀਂ ਸਮਝ ਗਏ ਕਿਵੇਂ ਹੁੰਦੀ ਆ, ਫਿਰ ਇਹਦੇ ਵਿੱਚ ਕੌਣ ਪਾਰਟਿਸਿਪੇਟ ਕਰਦਾ, ਕਿਵੇਂ ਕਰਦਾ, ਉਹਦੇ ਬਾਰੇ ਜੇ ਗੱਲ ਕਰੀਏ ਤਾਂ ਇਹ ਆਸਟ੍ਰੇਲੀਅਨ ਲੋਕਾਂ ਦੀਆਂ ਲੋਕਲ ਖੇਡਾਂ ਸਨ, ਤੇ ਲੋਕਲ ਜਿਹੜੇ ਇੱਥੇ ਕਮਿਊਨਿਟੀ ਵੱਸਦੀ ਹੈ ਸਾਡੀ, ਉਹ ਸਾਰੀਆਂ ਇਕੱਠੀਆਂ ਹੋ ਕੇ ਆਪਣੀਆਂ ਟੀਮਾਂ ਲਿਆ ਕੇ ਖੇਡਦੀਆਂ ਸਨ, ਪਰ ਹੌਲੀ ਹੌਲੀ ਇਹਦੇ ਵਿੱਚ ਤਬਦੀਲੀਆਂ ਆਉਣ ਲੱਗੀਆਂ, ਬਾਹਰੋਂ ਵੀ ਪਲੇਅਰ ਲੈਣ ਲੱਗੇ, ਫਿਰ ਜਿੱਤ ਹਾਰਾਂ ਹੋਣ ਲੱਗ ਗਈਆਂ, ਫਿਰ ਊਨਤਾਈਆਂ ਵੀ ਆਈਆਂ। ਸੋ ਇਹਨਾਂ 'ਚ ਜਿਵੇਂ ਜਿਵੇਂ ਉਹ ਮੈਚੋਰ ਹੁੰਦੀਆਂ ਗਈਆਂ ਤੇ ਹੁਣ ਇਹ ਪੋਜੀਸ਼ਨ ਆ ਵੀ ਹੁਣ ਇਹ ਖੇਡਾਂ ਨੂੰ ਬਾਹਲਾ ਕੁਛ ਦੱਸਣ ਦੀ ਲੋੜ ਨਹੀਂ, ਲੋਕਾਂ ਨੂੰ ਪਤਾ ਹੀ ਹੈ ਕਿੱਡੀਆਂ, ਇੱਕ ਆਪਣੇ ਆਪ 'ਚ ਬ੍ਰਾਂਡ ਬਣ ਗਿਆ ਜੀ, ਬ੍ਰਾਂਡ ਬਣ ਗਿਆ ਬਿਲਕੁਲ। ਤੇ ਜਿਹੜੀ ਜੇ ਆਪਾਂ ਇਹ 'ਚ ਗੇਮਾਂ ਦੀ ਜਿਹੜੀਆਂ ਦੱਸੀਏ ਕੀ ਖੇਡਾਂ ਖੇਡੀਆਂ ਜਾਂਦੀਆਂ, ਤਾਂ ਉਹ 'ਚ ਤਕਰੀਬਨ ਕਈ ਵਾਰੀ 14 ਹੋ ਜਾਂਦੀਆਂ, 17 ਹੋ ਜਾਂਦੀਆਂ, 18 ਗੇਮਾਂ ਹੋ ਜਾਂਦੀਆਂ, ਮੇਨ ਤਾਂ ਕਬੱਡੀ ਹਾਕੀ ਵਾਲੀਬਾਲ ਸੌਕਰ ਇਹ ਤਾਂ ਹੁੰਦੀਆਂ ਹੀ ਆ, ਪਰ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਆਏ ਵਾਰ ਇਹ 'ਚ ਜੁੜਦੀਆਂ, ਜਿਵੇਂ ਐਤਕੀ ਪਾਵਰ ਲਿਫਟਿੰਗ ਵਾਲੇ ਕਹਿ ਰਹੇ ਸੀ ਕੁਛ ਕਰਨਾ, ਹੋਰ ਇਦਾਂ ਦੀਆਂ ਇੰਡੀਵਿਜੁਅਲ ਜਿਹੜੀਆਂ ਗੇਮਾਂ ਵੀ ਜੁੜਦੀਆਂ, ਬਾਕਸਿੰਗ ਵੀ ਆ ਗਈ। ਹਾਂ, ਪਰ ਜਿਹੜੀ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਵੀ ਗੇਮਾਂ 17 ਦੀਆਂ ਗੇਮਾਂ 'ਚ ਮੈਂ ਸਿੱਧੇ ਤੌਰ 'ਤੇ ਇਨਵੋਲਵ ਸੀਗਾ, ਹਾਂਜੀ, ਤਾਂ ਉਹਨਾਂ ਗੇਮਾਂ 'ਚ ਸਾਰਿਆਂ ਨੂੰ ਪਤਾ ਵੀ ਬਹੁਤ ਸਕਸੈਸ ਮਿਲੀ, ਸਫਲਤਾ ਮਿਲੀ, ਤੇ ਪਰ ਉਹ ਸਫਲਤਾ ਦਾ ਜਿਹੜੀ ਮੈਂ ਅੱਜ ਮਹਿਸੂਸ ਕਰ ਰਿਹਾ, ਉਸ ਨੇ ਕਿਤੇ ਨਾ ਕਿਤੇ ਸਾਡੀ ਹੁਣ ਨਵੀਂ ਜਿਹੜੀਆਂ ਗੇਮਾਂ ਹੋ ਰਹੀਆਂ ਉਹਨਾਂ 'ਤੇ ਪ੍ਰੈਸ਼ਰ ਬਣਿਆ ਹੋਇਆ ਵੀ ਉਸ ਲੈਵਲ ਦੀ ਕਾਮਯਾਬੀ ਆਪਾਂ ਨੂੰ ਹਾਸਲ ਕਰਨੀ ਹੋਊ।
तकरीबन इस बार 1 लाख नेड़े बंदा जिहड़ा अंदाजा लाया जा रहा है भी 1 लाख बंदा आने की उम्मीद आ। पर इहदियां जिहड़ियां तैयारियां जिहड़ियां इस बार मैरी दा ड्यूटी हैगी एज ए एक मीडिया जिहड़े कोऑर्डिनेटर जां एज ए पब्लिक रिलेशन कह सकदे आ। मैं तां जिन्ना क आपदा जोर है इस काम ते लाउणा ते इस नूं वध तों वध लोकां तक लैके जाणा ते लोकां नूं दसणा। पर जिहड़ी असली जिहड़ी टीम चुनी गई आ उह टीम इक सिस्टम नाल चुनी जांदी आ, जिहड़े स्पोर्ट्स क्लब आ जिन्ने भी उन्हां चों एक एक बंदा लिया जांदा ते उह फिर आपदी आपदी जिम्मेवारी नाल अगे एक कमेटी बणदी आ जिहनूं लोकल एनजैक कहा जांदा, ठीक है जी, आस्ट्रेलियन नैशनल सिख गेम्स की कमेटी है, एक लोकल जिहड़ी सिख कमेटी आ। सो साउथ आस्ट्रेलिया की जिहड़ी सिख कमेटी आ उह चाहे इतकी सरदार बलवंत सिंह जिहड़े प्रेजिडेंट आ ते उन्हां दी टीम आ पूरे 7 जणिआं दी ते उहदे च हरजिंदर सिंह लसाड़ा अज लकीली अपने कोले आ ते उह इक स्पोर्ट्स लीड निभा रहे आ, स्पोर्ट्स लीड भी निभा रहे आ ते उदों तों वध के निभा रहे आ। मैं तां देखिआ बहुत ज़्यादा एक्टिव आ ते पूरा जोर लग्या होया। मैनूं चाहे एज ए मीडिया करके सारियां चीज़ां पता ही आ पर मैं चाहुंना वी आपां उहनां तों ही बहुत सारी जानकारी लैणी आ जिहड़ियां चीज़ां कित्थे गेमां पहुंचियां की हो रहा ते आउण वाले दिनां च की उहनां दी आस आ, लोकां नूं की अपील आ, आओ आपां उहनां नूं जी आयां कहिणे आ इस दे विच। ते नाल नाल मैं दस दिया हरजिंदर सिंह लसाड़ा जिहड़े कि पिछले तकरीबन 15-17 साल तो जदों तो आस्ट्रेलिया च रह रहे उदों तो जुड़े हुए आ ते नाल कहिंदे नहीं इक पैराशूट नाल आउण वाला बंदा हुंदा इक ग्रास रूट नाल, बिल्कुल ग्रास रूट नाल इन्हां गेमां दी इस पोस्ट ते पहुंचे आ। इह बहुत वधिया गल आ जिहनूं मैं मानदा क्योंकि खुद पहलां उहनां ने हाकी दे ग्राउंड च पसीना वसाया, एडमिनिस्ट्रेशन च भी कम कीता, एडलेड सिक्स हॉकी दी जिहड़ी उह अज भी जिहड़ी उहदी दोनों पासे बागडोर संभाल रहे आ। सो इहो जिहे कैंडीडेट जिहड़े चाहीदे आ आउण वाले दिनां दे विच वी क्योंकि पैराशूट वाले बंदे एड्डियां वड्डियां गेमां नहीं करा सकदे। मैं दस्स नहीं असीं वी हॉकी च मतलब रहे आ शुरू च स्टार्ट होया कब पर कई चीज़ां होंदियां ने सानूं देखण नूं हो लगदियां अंदर वड़ के होर पता लगदियां ने। कोई कोई स्पोर्ट्स क्लब चलाउणा जां कोई कम्यूनिटी दा इदां दा काम करना इह घर भूख तमाशा हुंदा जी, इहनूं बहुत टाइम देना पैंदा, तुहानूं फैमिली छड्डणा पैंदा, तुहानूं पल्लिओं वी पैसे लाउणे पैंदे ने, तुहाडे काम ते वी सफर हुंदा। पर कुछ बंदे हुंदे ने जनूनी हुंदे ने जज्बाती हुंदे ने, ठीक नहीं, वो गेम करके कह लो या अपनी भावना करके वो जुड़े रहिंदे ने। ते हरजिंदर लसाड़ा जिहड़ा असीं तां साडे तां मतलब कि वी शुरू नाल जुड़े होए हैं, वो बंदे नूं मतलब कि वी हमेशा ही असीं देखिआ इह ग्राउंड नाल, हमेशा ही हॉकी नाल होया स्पोर्ट्स कोई भी होया वो जुड़िआ नाल। ते अज उसी दी बदौलत है कि वी कमेटी ने आप सद्दा बुलाया कि वी हाँ भाई तूं डिजर्व करदा है पोजीशन वास्ते, बिल्कुल। ते हालांकि उहने शुरुआत च पिछे भी कहा भी कहीं नहीं मेरे को जिम्मेवारी औखी है मैनूं निभाउणी होणी, पर फिर भी असीं उहनां दी हल्लाशेरी दिंदे आ उहनां नूं ते उहनां दे जिहड़े काम ने उह आप उहनां दे मूंह तों सुणने भी कित्थे तक कमेटी दे काम चल रहे ने ते अगे की प्लानिंग है। हरजिंदर सिंह जी आओ जी, स्वागत है जी तुहाडा, सत श्री अकाल जी, सत श्री अकाल जी, सत श्री अकाल, सत श्री अकाल सारे पिंड आस्ट्रेलिया दे दर्शकां दा बहुत बहुत धन्यवाद। सो मैनूं लगदा आपां प्यार नाल ना अपने तों अड़दा ना जदों बंदा 20 साल नाल रिहा होवे खेड्या होवे ते उहनां नूं उह छोटा ना ही चंगा लगदा। सो हरजिंदर लसाड़ा थोड़ा वड्डा जी, असीं सनी हूं कहांगे, साडा तां सनी रहिणा ते उही सानूं वधिया लगदा गल करके, आपणा तां जी महसूस हुंदी उह बगाना बण जांदा। सो सनी गल्लां असीं कर रहे सी हिस्ट्री दीआं जदों तुहाडी गैर हाजरी च, चलो लकीली तुहानूं सद्दिया तुसीं पहुँच गए हो ते आपां असीं चाहुंदे आ वी तुसीं थोड़ी जी सानूं इह पहलां तां दर्शकां नूं दिओ वी हुण आपां 2 महीने रहि गए ते तुहानूं शुरुआत करी नूं तां मतलब साल नेड़ी हो गया ते कित्थे पहुंचे? 11 महीने हो गए शुरुआत कीती नूं जी। असीं गेमां दी तैयारी दे विच बहुत वधिया साडियां तैयारियां चल रहियां एडीलेड दे विच। पहलां तां मैं सारी संगत दा एडीलेड दा ते लोकल निवासियां दा ते जिहड़ा सज्जनां ने सहयोग कीता उहनां दा बहुत बहुत धन्नवाद करदे हां असीं सारी कमेटी वल्लों। ਜਿਹੜੀ ਮੇਨ ਗੱਲ ਆ ਸਾਡੇ ਕੋਲ ਨੀਅਰ ਅਬਾਊਟ 150 ਟੀਮਸ ਆਲਰੇਡੀ ਰਜਿਸਟਰ ਹੋ ਗਈਆਂ ਆ ਤੇ ਅਸੀਂ ਹੋਰ ਵੀ ਆਸ ਕਰਦੇ ਹਾਂ ਕਿ ਟੀਮਸ ਹੋਰ ਵੀ ਆਪਣੇ ਆਪ ਨੂੰ ਗੇਮਾਂ ਦੇ ਵਿੱਚ ਹਿੱਸਾ ਪਾਉਣਗੇ। ਹਜੇ ਦਿਨ ਪਏ ਆ ਕੁਝ ਮੈਨੂੰ ਲੱਗਦਾ, ਦਿਨ ਪਏ ਆ 31 ਤਰੀਕ ਲਾਸਟ ਤਰੀਕ ਆ, 31 ਜਨਵਰੀ ਖੇਡਣ ਦੇ ਵਿੱਚ ਹਿੱਸਾ ਲੈਣ ਦਾ ਲਾਸਟ ਡੇ ਆ। ਸਾਡੇ ਕੋਲ ਨੀਅਰ ਅਬਾਊਟ 400 ਐਥਲੀਟ ਨੇ ਵੀ ਪਾਰਟਿਸਪੇਟ ਕਰਨਾ ਆ ਜਿਹੜੇ ਇੰਡੀਵਿਜੂਅਲ ਨੇ ਵਿਦਆਊਟ ਐਥਲੈਟਿਕ ਬੈਡਮਿੰਟਨ, ਠੀਕ ਹੈ ਜੀ, ਇਹਨਾਂ ਦੇ ਵਿੱਚ ਤੇ ਨਾਲ ਨਾਲ ਸਾਡੀਆਂ ਬਾਕੀ ਤਿਆਰੀਆਂ ਵੀ ਪੂਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ, ਜਿੱਦਾਂ ਗਰਾਊਂਡ ਬੁਕਿੰਗ, ਹਾਕੀ ਗਰਾਊਂਡ ਬੁਕਿੰਗ, ਹੋਰ ਦੂਸਰੇ ਸਪੋਰਟਸ ਦੀਆਂ ਵੀ ਖੇਡਾਂ ਦੀ ਬੁਕਿੰਗ ਦੇ ਲਈ। ਤੇ ਨਾਲ ਨਾਲ ਸਾਡੀ ਕਮੇਟੀ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਗੇਮਾਂ ਦੇ ਵਿੱਚ ਕੋਈ ਕਸਰ ਨਾ ਰਵੇ ਕਿਸੇ ਵੀ ਤਰੀਕੇ ਨਾਲ, ਤੇ ਉਹਦੇ ਲਈ ਸਾਨੂੰ ਐਡੀਲੇਟ ਤੋਂ ਆਮ ਸੰਗਤ ਦਾ ਬਹੁਤ ਸਹਿਯੋਗ ਮਿਲ ਰਿਹਾ ਤੇ ਨਾਲ ਨਾਲ ਸਾਨੂੰ ਕਿਸੇ ਬਿਜ਼ਨਸ ਦੇ ਵੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ। ਪਰ ਮੇਨ ਥੋੜ੍ਹੀ ਪ੍ਰੋਬਲਮ ਸਾਨੂੰ ਇਹ ਆ ਰਹੀ ਆ ਵੀ ਅਸੀਂ ਆਮ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਜਿਹੜੀ ਸੰਗਤ ਆ ਸੰਗਤ ਦੇ ਵਿੱਚ ਇਹ ਮੈਸੇਜ ਸਪਰੈਡ ਆਊਟ ਕਰਨਾ ਚਾਹੁੰਦੇ ਹਾਂ, ਉਹਦੇ ਲਈ ਤੁਹਾਡਾ ਵੀ ਧੰਨਵਾਦ, ਤੁਸੀਂ ਸਾਡੇ ਕੋਲ ਆਏ, ਤੁਸੀਂ ਮੈਨੂੰ ਟਾਈਮ ਦਿੱਤਾ। ਤੇ ਸੰਗਤ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਕਿ ਗੇਮਾਂ ਆਪਣੇ ਸ਼ਹਿਰ ਐਡਲੇਡ ਹੋ ਰਹੀਆਂ, ਬਿਲਕੁਲ, ਤੁਸੀਂ ਆਪਣੇ ਫਰੈਂਡਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ
ਸੱਦਾ ਦਿਓ ਕਿ ਦੇਖਣ ਆਉਣ, ਖਿਡਾਰੀ ਤਾਂ ਵੱਧ ਚੜ ਕੇ ਆ ਹੀ ਰਹੇ ਆ, ਆਪਣੇ ਦੇਖਣ ਵਾਲੇ ਵੀ ਆਉਣ। ਤੇ ਨਾਲ ਨਾਲ ਐਜ਼ ਏ ਕਮੇਟੀ ਦੇ ਵੱਲੋਂ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਖੇਡਾਂ ਵਿੱਚ ਆਪਣਾ ਤਨ ਮਨ ਧਨ ਦੇ ਨਾਲ ਹਿੱਸਾ ਪਾਓ, ਇਕੱਲਾ ਖੇਡਣਾ ਨਹੀਂ ਹੈਗਾ ਉੱਥੇ, ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਵੋਲੰਟਰੀ ਵੀ ਸਾਨੂੰ ਬੰਦਿਆਂ ਦੀ ਲੋੜ ਆ, ਸਾਨੂੰ ਖੇਡਾਂ ਇਹ ਵੀ ਲੋਕ ਦੱਸਣ ਕਿ ਆਪਾਂ ਅਗਲੇ ਸਾਲ ਵਧੀਆ ਕਿੱਦਾਂ ਕਰ ਸਕਦੇ ਹਾਂ, ਸੁਜੈਸ਼ਨ ਵੀ ਸਾਨੂੰ ਚਾਹੀਦੇ ਆ। ਅਸੀਂ ਚਾਹੁੰਦੇ ਹਾਂ ਕਿਸੇ ਤਰ੍ਹਾਂ ਵੀ ਜਿੱਦਾਂ ਵੀ ਕੋਈ ਮਹਿਸੂਸ ਕਰਦਾ ਉਹ ਜੁੜ ਸਕਦੇ ਆ ਗੇਮਾਂ ਦੇ ਨਾਲ, ਕਿ ਉਹ ਗੇਮਾਂ ਦੇ ਨਾਲ ਜੁੜਨ। ਬਿਲਕੁਲ ਜੀ, ਤਕਰੀਬਨ 1 ਲੱਖ ਬੰਦੇ ਦੀ ਜਿਹੜੀ ਅੰਦਾਜ਼ਾ ਆਪਾਂ ਲਾ ਰਹੇ ਹਾਂ ਆਉਣ ਦਾ, ਤਕਰੀਬਨ 3 ਦਿਨਾਂ 'ਚ ਵੀ 1 ਲੱਖ ਬੰਦੇ ਦੀ ਮੇਜ਼ਬਾਨੀ ਕਰਨੀ ਆ। ਸੋ ਮੇਜ਼ਬਾਨੀ ਲਈ ਤਨ ਮਨ ਧਨ ਤਿੰਨੇ ਚੀਜ਼ਾਂ ਹੀ ਲੋੜ ਆ। ਭਾਵੇਂ ਵੱਡੇ ਬਿਜ਼ਨਸ ਜੁੜ ਰਹੇ ਆ, ਪਰ ਸਾਡਾ ਇਹ ਨਿੱਜੀ ਤੌਰ 'ਤੇ ਮੰਨਣਾ ਵੀ ਵੱਡੇ ਬਿਜ਼ਨਸ ਵਾਕਈ ਜੁੜ ਰਹੇ ਆ, ਵਧੀਆ ਪੈਸਾ ਦੇ ਰਹੇ ਆ, ਪਰ ਜਿਨ੍ਹਾਂ 'ਚ ਆਮ ਲੋਕ ਇਹਨਾਂ ਨੂੰ ਆਪਦੇ ਇੰਟਰਸਟ ਨਾਲ ਨਹੀਂ ਜੁੜਦੇ, ਜਿਵੇਂ 2017 ਦੀਆਂ ਗੇਮਾਂ 'ਚ ਲੋਕ ਘਰੇ ਨਹੀਂ ਗਏ ਸੀ ਅਤੇ ਟੈਂਟਾਂ 'ਚ ਹੀ ਸੌਂ ਜਾਂਦੇ ਸੀ, ਅਤੇ ਉਹ ਫੀਲਿੰਗ ਵਾਲੇ ਬੰਦੇ ਨੌਜਵਾਨ ਮੁੰਡੇ ਕੁੜੀਆਂ ਚਾਹੀਦਾ। ਕਈ ਨਾ ਸਨੀ ਹੋ ਸਕਦਾ ਵੀ ਆ ਪਿਛਲੇ 6 ਸਾਲਾਂ 'ਚ ਇੱਥੇ ਆ ਕੇ ਵਸੇ ਆ, ਆਪਣੇ ਬੱਚੇ ਨਵੇਂ ਆਏ ਆ ਜਿਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਜ਼ਰੂਰ ਆਪਾਂ ਬੇਨਤੀ ਕਰਦੇ ਹਾਂ ਵੀ ਉਹ ਆ ਕੇ ਇੱਕ ਵਾਰੀ ਜੇ ਜੁੜ ਗਏ ਨਾ ਤਾਂ ਆਏ ਸਾਲ ਉਡੀਕਿਆ ਕਰਨਗੇ ਵੀ ਸਿੱਖਣਾ ਐਤਕੀ ਕਿੱਥੇ ਆ। ਇਹ ਗੱਲ ਮੈਂ ਜ਼ਰੂਰ ਧੰਨਵਾਦ, ਤੁਸੀਂ ਇਹ ਪੁਆਇੰਟ ਲਿਆਂਦਾ, ਇਹ ਗੱਲ ਬਹੁਤ ਵਧੀਆ। ਜਦੋਂ ਅਸੀਂ ਪਹਿਲੇ ਸਾਲ ਸ਼ੁਰੂ ਕੀਤਾ 2009 ਦੇ ਵਿੱਚ, ਸਾਨੂੰ ਵੀ ਨਹੀਂ ਪਤਾ ਸੀਗਾ, ਸਾਨੂੰ ਲੱਗਿਆ ਵੀ ਕੋਈ ਖੇਡਾਂ ਹੋਣੀਆਂ, ਬ੍ਰਿਸਬਨ ਹੋਈਆਂ ਸੀ 2009, ਬ੍ਰਿਸਬਨ ਹੋਈਆਂ ਸੀਗੀਆਂ, ਤੁਸੀਂ ਗਏ ਸੀਗੇ, ਅਸੀਂ ਗਏ ਸੀ ਤੇ ਉਦੋਂ ਸਾਨੂੰ ਲੱਗਦਾ ਕੋਈ ਖੇਡਾਂ ਹੋਈਆਂ ਉੱਥੇ। ਪਰ ਜਦੋਂ ਅਸੀਂ 2010 ਦੇ ਵਿੱਚ ਆਪ ਜੁੜ ਗਏ ਇਹਨਾਂ ਨਾਲ, 2010 ਤੋਂ ਲੈ ਕੇ ਅੱਜ ਤੱਕ ਅਸੀਂ ਇਹਨਾਂ ਖੇਡਾਂ ਦੇ ਵਿੱਚ ਲਗਾਤਾਰ ਪਾਰਟੀਸਪੇਟ ਕਰ ਰਹੇ ਹਾਂ। ਉਹਦੇ ਨਾਲ ਕੀ ਹੁੰਦਾ, ਜਦੋਂ ਤੁਸੀਂ ਇੱਕ ਵਾਰੀ ਗੇਮਾਂ ਦਾ, ਜਿਹੜੇ ਨਵੇਂ ਆਏ ਹੋਏ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਆਪਣੇ ਆਪਣਾ ਮਾਣ ਮਹਿਸੂਸ ਕਰੋਗੇ, ਇਹ ਬਹੁਤ ਵੱਡੀ ਹਿਸਟਰੀ ਆ, 36 ਈਅਰ ਲਗਾਤਾਰ ਕੋਈ ਖੇਡਾਂ ਦਾ ਹੋਣਾ। ਇਹ ਖੇਡਾਂ ਨੂੰ ਤੁਸੀਂ ਨਾ ਜੇ ਇੱਕ ਸੋਚ ਕੇ ਦੇਖੋ, ਇਹ ਲਾਈਕ ਓਲੰਪਿਕ ਆ, ਸਾਡਾ ਤਾਂ ਓਲੰਪਿਕ ਹੀ ਆ, ਬਿਲਕੁਲ ਇਹ ਸਿੱਖਾਂ ਦਾ ਓਲੰਪਿਕ ਆ, ਇਹਦੇ ਵਿੱਚ ਹਰ ਗੇਮ ਹੁੰਦੀ ਆ, ਹਰ ਸਪੋਰਟਸ ਆ ਇਹਦੇ ਵਿੱਚ, ਐਥਲੈਟਿਕ, ਵਾਲੀਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ, ਬੈਡਮਿੰਟਨ, ਟੈਨਿਸ, ਹਾਕੀ, ਵਟ ਐਵਰ ਜਿੰਨੀਆਂ ਵੀ ਸਪੋਰਟਸ ਕਰ ਆ ਸਕਦੇ ਆ। ਅਸੀਂ ਹੁਣ ਇਸ ਸਾਲ ਜਿੱਦਾਂ ਸਾਡੇ ਕੋਲ ਪਾਵਰ ਲਿਫਟਿੰਗ ਆ ਰਹੇ ਆ ਅਤੇ ਬੋਕਸਿੰਗ ਆ ਰਹੇ ਆ, ਅਸੀਂ ਹੋਰ ਵੀ ਚੀਜ਼ਾਂ ਐਡ ਕਰ ਸਕਦੇ ਹਾਂ ਸਾਨੂੰ, ਪਰ ਉਹਦੇ ਨਾਲ ਸੰਗਤ ਦੇ ਸਹਿਯੋਗ ਦੀ ਲੋੜ ਆ, ਤੇ ਜਿੰਨਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਮਿਲੂਗਾ ਉਨੀਆਂ ਹੀ ਅਸੀਂ ਐਡੀਲੇਟ ਵਧੀਆ ਕਰਾਂਗੇ। ਜੇ ਐਡੀਲੇਟ ਨਹੀਂ, ਅਗਲੇ ਸਾਲ ਸਿਡਨੀ ਆ, ਸਿਡਨੀ ਵਾਲੇ ਉਸ ਤੋਂ ਵਧੀਆ ਕਰਨਗੇ, ਆਉਂਦੇ 6 ਸਾਲਾਂ ਨੂੰ ਅਸੀਂ ਫਿਰ ਤਿਆਰ ਬੈਠੇ ਹਾਂ। ਤੇ ਅਸੀਂ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਤੁਸੀਂ ਇਹਨਾਂ ਖੇਡਾਂ ਦਾ ਹਿੱਸਾ ਬਣੋ। ਜੇ ਤੁਸੀਂ ਪਿਛਲੀ ਵਾਰ ਦੀ ਕੰਪੇਅਰ ਕਰੋ ਮਿੰਟੂ ਭਾਈ, ਤੁਸੀਂ ਨਾਲ ਸੀਗੇ ਤੇ ਬਿਜ਼ਨਸ ਵਾਈਜ਼ ਤਾਂ ਸਾਡਾ ਮਤਲਬ ਗਰੋਥ ਕੀਤਾ ਹੀ ਹੈ ਬਹੁਤ ਜ਼ਿਆਦਾ ਪਿਛਲੇ 6-7 ਸਾਲਾਂ ਦਾ, ਤੇ ਪੈਸੇ ਦੀ ਪੱਖੋਂ ਤਾਂ ਮੈਨੂੰ ਲੱਗਦਾ ਨਹੀਂ ਵੀ ਅਸੀਂ ਪਿੱਛੇ ਹੋਵਾਂਗੇ, ਪੈਸਾ ਤਾਂ ਬਹੁਤ ਹੈ। ਪਿਛਲੀ ਵਾਰ ਦੇ ਬਜਟ ਦੇ ਕੰਪੇਅਰ ਤੁਸੀਂ ਇਸ ਵਜ੍ਹਾ ਦਾ ਬਜਟ ਕਿਵੇਂ ਕੰਪੇਅਰ ਕਰਦੇ ਹੋ, ਕਿੰਨਾ ਕੁ ਸਾਨੂੰ ਲੋੜ ਹੈ, ਕਿੰਨਾ ਕੁ ਪਿਛਲੀ ਵਾਰ ਸਾਡਾ ਸੀਗਾ? ਮੈਨੂੰ ਪਤਾ ਕਿ ਕਮੇਟੀ ਨੇ ਪਿਛਲੀ ਵਾਰੀ ਸਰਪਲਸ ਸੀਗੇ, ਉਹ ਕਮੇਟੀ ਨੇ ਫਾਰਵਰਡ ਵੀ ਕੀਤਾ, ਅਗਲੀ ਕਮੇਟੀ ਨੂੰ ਪੁੱਛਣਾ ਕੁਛ, ਠੀਕ ਹੈ, ਬਿਲਕੁਲ। ਤੁਸੀਂ ਪੈਸੇ ਦਾ ਬਹੁਤ ਵੱਡਾ ਰੋਲ ਹੈ, ਪਰ ਜਿੱਦਾਂ ਸਨੀ ਨੇ ਕਿਹਾ, ਪੈਸੇ ਦੇ ਨਾਲ ਨਾਲ ਲੋਕਾਂ ਦਾ ਆਪਦਾ ਘਰ ਦਾ ਮੇਲਾ ਇਹ, ਤੇ ਅਸੀਂ ਆਪਣੇ ਬੰਦੇ ਆਪ ਜੋੜ ਕੇ ਨਾਲ ਖਿਡਾਰੀਆਂ ਨੂੰ, ਨਾਲ ਦਰਸ਼ਕਾਂ ਨੂੰ, ਸਾਰਿਆਂ ਦਾ ਯੋਗਦਾਨ ਚਾਹੀਦਾ। ਬਿਲਕੁਲ, ਦੇਖੋ ਜਦੋਂ ਤੁਸੀਂ ਪੁੱਛਿਆ ਪਿਛਲਾ ਬਜਟ ਸੀਗਾ ਛੋਟਾ, 4 ਲੱਖ ਦੇ, 3.5-4 ਲੱਖ ਦਾ ਬਜਟ ਸੀ ਸਾਰਾ, ਤੇ ਬੜੀ ਵਧੀਆ ਅਚੀਵ ਕਰ ਲਿਆ ਸੀ, ਤੇ $40,000 ਨਵੀਂ ਕਮੇਟੀ ਨੂੰ ਵੀ ਦਿੱਤਾ, ਹਾਂਜੀ, ਹਾਲਾਂਕਿ 60-70 ਬੱਚਿਆ ਸੀ, ਉਹ ਚੋਂ 20-30 ਹਜ਼ਾਰ ਬੱਚਿਆਂ ਨੂੰ ਸਪੋਂਸਰਸ਼ਿਪਾਂ ਦਿੱਤੀਆਂ 5 ਸਾਲ ਲਗਾਤਾਰ। ਸੋ ਬਹੁਤ ਵਧੀਆ ਜੀ, ਪਰ ਐਤਕੀ ਕੀ ਹੋ ਗਿਆ, ਜਿੱਥੇ ਸਾਡੇ ਬਿਜ਼ਨਸ ਵੱਡੇ ਹੋ ਗਏ ਉਦੋਂ 5-10 ਹਜ਼ਾਰ ਦੀ ਵੱਡੀ ਮੰਨੀ ਗਈ ਸੀ ਵੀ ਜੇ ਕੋਈ ਸਪੋਰਟ ਕਰਾ, ਉਵੇਂ ਖਰਚੇ ਵੀ ਵੱਧ ਗਏ ਹਰ ਚੀਜ਼ ਦੇ। ਸੋ ਐਤਕੀ ਤਕਰੀਬਨ 8 ਲੱਖ ਦੇ ਨੇੜ ਜਾਣਾ ਮੈਨੂੰ ਲੱਗਦਾ, 8,70,000 ਆ ਜਿਹੜਾ ਅਸੀਂ ਐਸਟੀਮੇਟ ਕੀਤਾ, ਵੱਧ ਵੀ ਸਕਦਾ ਆ। ਸੋ ਮਿਲੀ ਨਹੀਂ ਕਹਿ ਕੇ ਚੱਲੀਏ, ਹਾਂਜੀ ਡਬਲ ਹੋ ਗਿਆ ਤੁਸੀਂ ਕਹਿ ਸਕਦੇ ਆ, ਪਰ ਰੀਜ਼ਨ ਵਧਣ ਦਾ ਜਿੱਦਾਂ ਆਪਾਂ ਦੇਖ ਰਹੇ ਹਰ ਚੀਜ਼ ਮਹਿੰਗਾਈ ਹੋ ਰਹੀ ਆ, ਹੁਣ ਸੰਗਤ ਦਾ ਜਿੱਦਾਂ ਸਾਨੂੰ ਲੱਗ ਰਿਹਾ ਕਿ 1 ਲੱਖ ਬੰਦਾ ਅਸੀਂ ਐਕਸਪੈਕਟ ਕਰ ਰਹੇ ਹਾਂ, ਹੁਣ ਸਾਨੂੰ ਟੈਂਟ ਵੀ ਵੱਡੇ ਕਰਨੇ ਪੈ ਰਹੇ ਆ, ਲੰਗਰ ਹਾਲ ਜਿਹੜਾ ਪਿਛਲੀ ਵਾਰੀ ਸੀ ਉਸ ਤੋਂ ਅਸੀਂ 3 ਗੁਣਾ ਵੱਡਾ ਕੀਤਾ ਆ, ਤੇ ਨਾਲ ਨਾਲ ਅਸੀਂ ਕਲਚਰ ਸਟੇਜ ਵੀ ਚਲਾ ਰਹੇ ਹਾਂ, 3 ਦਿਨ ਚੱਲੂਗੀ ਸਿੱਖ ਫੋਰਮ, ਇਹਨਾਂ ਖੇਡਾਂ ਦਾ ਜਿਹੜੀ ਆਪਾਂ ਚੀਜ਼ ਮਿਸ ਕਰ ਰਹੇ ਹਾਂ, ਸਿੱਖ ਖੇਡਾਂ ਦੇ ਵਿੱਚ ਅਸੀਂ ਸਿੱਖ ਬੁਲਾਰਿਆਂ ਨੂੰ ਤੇ ਸਿੱਖ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਿੱਖ ਫੋਰਮ ਦੇ ਵਿੱਚ ਵੀ ਹਿੱਸਾ ਲਓ, ਜਿੱਥੇ ਆਪਣੇ ਸਿੱਖਾਂ ਦੇ ਮਸਲੇ ਡਿਸਕਸ ਕੀਤੇ ਜਾਂਦੇ ਹਨ, ਜਿਹਦੇ ਵਿੱਚ ਆਪਣੀ ਕਮਿਊਨਿਟੀ ਨੂੰ ਅੱਗੇ ਉਹਨਾਂ ਦੇ ਵਿੱਚ ਹੈਲਪ ਹੋਊਗੀ। ਬਿਲਕੁਲ, ਤੇ ਅਸੀਂ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ਾਂ ਕਰਕੇ ਜਿੰਨੀਆਂ ਜ਼ਿਆਦਾ ਕੋਸ਼ਿਸ਼ ਕਰ ਰਹੇ ਉਨੇ ਖਰਚੇ ਵਧ ਰਹੇ ਆ, ਪਰ ਤਾਂ ਹੀ ਅਸੀਂ ਸੰਗਤ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਖੇਡਾਂ ਨਾਲ ਜੁੜੋ ਤੇ ਆਪਣੇ ਆਪ ਨੂੰ ਮਾਣ ਮਹਿਸੂਸ ਕਰੋ। ਬਿਲਕੁਲ ਜੀ, ਦੇਖੋ ਜਿਹੜੀਆਂ ਚੀਜ਼ਾਂ ਤੁਹਾਨੂੰ ਗਿਣਾਈਆਂ ਇਹ 'ਚ ਸਭ ਆਪਣੇ ਜਿਹੜੇ ਕਲਚਰ ਦਾ ਹਿੱਸਾ ਹੀ ਹੁੰਦੀਆਂ, ਜਿੱਥੇ ਧਰਮ ਸਾਡਾ ਧੁਰਾ ਹੁੰਦਾ ਉੱਥੇ ਕਲਚਰ ਵੀ ਸਾਨੂੰ ਜ਼ਰੂਰੀ ਚੀਜ਼ਾਂ, ਸਾਨੂੰ ਚਿੰਤਨ ਵੀ ਸਾਡੇ ਲਈ ਜ਼ਰੂਰੀ ਹੈ, ਸਾਨੂੰ ਬੱਚਿਆਂ ਨੂੰ ਚੀਜ਼ਾਂ ਪਾਸ ਆਉਣਾ ਵੀ ਕਰਨਾ ਵੀ ਜ਼ਰੂਰੀ ਹੈ। ਮੈਂ ਇੱਥੇ ਇੱਕ ਚੀਜ਼ ਦੱਸਦਿਆਂ, ਮੈਂ ਅਕਸਰ ਇਹ ਗੱਲ ਦਾ ਜ਼ਿਕਰ ਜ਼ਰੂਰ ਕਰਦਾ ਜਦੋਂ ਹੁੰਦੀ ਹੈ ਕਿਤੇ ਵੀ ਦੁਨੀਆ ਭਰ 'ਚ, ਜਿੱਥੇ ਵੀ ਜੇ ਕਿਤੇ ਬੋਲਿਆ ਸਿੱਖ ਖੇਡਾਂ ਪ੍ਰਤੀ, ਤਾਂ ਇਹ ਗੱਲ ਲੋਕਾਂ ਨੂੰ ਦੱਸਦਾ ਜਿਹਨਾਂ ਨੂੰ ਨਹੀਂ ਪਤਾ
ਵੀ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਇੱਕ ਕੁਆਲਿਟੀ ਆ, ਆਸਟ੍ਰੇਲੀਅਨ ਖੇਡਾਂ 'ਚ ਜੇ ਉਹ ਗ੍ਰਿਫਤ ਹੁੰਦੀਆਂ ਕਹੀਏ ਇੱਕ ਕੁਆਲਿਟੀ ਆ ਵੀ ਇੱਥੇ ਜੇ ਤੁਸੀਂ ਗਰਾਊਂਡ 'ਚ ਜਾ ਕੇ ਦੇਖੋਗੇ ਨਾ ਤੁਹਾਨੂੰ 60% ਬੱਚੇ ਤੇ ਬੀਬੀਆਂ ਦੇਖਦੇ ਆ। ਇਹ ਵੱਡੀ ਗੱਲ ਆ। ਖੇਡਾਂ ਦੇ ਮੈਦਾਨ ਦੇ ਵਿੱਚ ਕਈ ਵਾਰੀ ਨਸ਼ੇ ਤੇ ਇਕੱਲਾ ਮਰਦ ਪ੍ਰਧਾਨ ਹੁੰਦਾ, ਇੱਦਾਂ ਇੱਥੇ ਕੁਛ ਨਹੀਂ, ਇੱਥੇ ਤਾਂ ਅਸਲੀ ਕਲਰ ਹੁੰਦੇ ਆ ਜਿਹੜੇ ਦੇਖੇ ਤੋਂ ਪਤਾ ਲੱਗਦਾ। ਤੁਸੀਂ ਕੀਤੀ ਇਹਦਾ ਤੁਸੀਂ ਜੇ ਅਸਲ ਵਿੱਚ ਅੱਖੀ ਡਿੱਠਾ ਹਾਲ ਦੇਖਣਾ ਆ, ਅਸੀਂ ਸੰਗਤ ਨੂੰ ਅਪੀਲ ਕਰਦੇ ਤੁਸੀਂ ਕਬੱਡੀ ਦੇ ਗਰਾਊਂਡ, ਹਾਕੀ ਦੇ, ਬਾਸਕਟਬਾਲ ਤੁਸੀਂ ਬਰਾਬਰ ਦੇਖੋਗੇ ਸੰਗਤ ਦਾ, ਬਰਾਬਰ ਬੈਠ ਕੇ ਜਿੰਨੇ ਬੰਦੇ ਬੈਠ ਕੇ ਦੇਖ ਰਹੇ ਉਨੀਆਂ ਬੀਬੀਆਂ ਦੇਖ ਰਹੇ, ਉਨੇ ਬੱਚੇ ਦੇਖ ਰਹੇ ਆ। ਤੇ ਨਾਲ ਨਾਲ ਜੇ ਤੁਸੀਂ ਦੂਸਰੇ ਸਪੋਰਟਸ ਦੇਖੋਗੇ, ਕ੍ਰਿਕਟ, ਵਾਲੀਬਾਲ, ਬਾਸਕਟਬਾਲ, ਹਾਕੀ, ਬੈਡਮਿੰਟਨ, ਸਾਰਿਆਂ ਦੇ ਵਿੱਚ ਬੀਬੀਆਂ ਦੀ ਆਪਣੀਆਂ ਕੁੜੀਆਂ ਦੀ ਵੀ ਪੂਰੀ ਹਿੱਸੇਦਾਰੀ ਆ, ਬਰਾਬਰ ਹੀ ਆ ਜੇ ਤੁਸੀਂ ਉਹਨੂੰ ਲੈ ਕੇ ਚੱਲੋਗੇ। ਅਸੀਂ ਹੋਰ ਵੀ ਇਨਕਰੇਜ ਕਰਦੇ ਹਾਂ ਕਿ ਆਪਣੇ ਜਿਹੜੇ ਵੀ ਬੱਚੇ ਪਾਰਟੀਸਪੇਟ ਕਰਨਾ ਚਾਹੁੰਦੇ ਆ, ਜੇ ਉਹ ਐਡੀਲੇਡ ਜਾਂ ਤੁਹਾਡੇ ਕੋਲ ਹਲੇ ਵੀ ਟਾਈਮ ਹੈਗਾ 31 ਜਨਵਰੀ ਤੱਕ, ਜਾਂ ਆਲ ਓਵਰ ਦਾ ਸਟੇਟ ਆਸਟ੍ਰੇਲੀਆ ਵਾਈਜ਼ ਤੁਸੀਂ ਪਾਰਟੀਸਪੇਟ ਕਰੋ ਤੇ ਗੇਮਾਂ ਦਾ ਹਿੱਸਾ ਬਣੋ। ਹੁਣ ਆਪਾਂ ਜਾਂਦੇ ਜਾਂਦੇ ਇੱਕ ਤਾਂ ਗਰਾਊਂਡ ਦੱਸ ਦਈਏ ਵੀ ਭਾਵੇਂ ਆਪਾਂ ਨੂੰ ਤਾਂ ਪਤਾ, ਪਰ ਫਿਰ ਵੀ ਤੁਸੀਂ ਇਹਨਾਂ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਗਰਾਊਂਡ ਜਿਹੜੀਆਂ ਹੋ ਰਹੀਆਂ ਜੀ, ਐਡੀਲੇਡ ਹਾਈ ਸਕੂਲ, ਐਲਿਸ ਪਾਰਕ ਗਰਾਊਂਡ, ਇਹ ਸਾਡਾ ਮੇਨ ਵੈਨਿਊ ਆ ਜਿੱਥੇ ਸਾਡੀ ਮੇਨ ਸੌਕਰ, ਕਬੱਡੀ, ਐਥਲੈਟਿਕਸ, ਟੈਨਿਸ ਤੇ ਬਾਸਕਟਬਾਲ, ਵਾਲੀਬਾਲ ਇਹ ਉੱਥੇ ਹੋ ਰਿਹਾ। ਤੇ ਵਾਲੀਬਾਲ ਸਾਡਾ ਸਿਟੀ ਦੇ ਨੇੜੇ ਆ, ਤੇ ਦੂਸਰਾ ਸਾਡਾ ਵਾਲੀਬਾਲ ਸ਼ੂਟਿੰਗ ਉਹ ਹੋ ਰਿਹਾ ਆ ਪੈਰਾਫਿਲ ਗਾਰਡਨ, ਤੇ ਹਾਕੀ ਸਾਡੀ ਹੋ ਰਹੀ ਆ ਸਟੇਟ ਹਾਕੀ ਸੈਂਟਰ। ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਤੁਸੀਂ ਇਹਨਾਂ ਨੋਟ ਕਰ ਲਓ, ਅਸੀਂ ਪੋਸਟਰ ਵੀ ਤੁਹਾਨੂੰ ਦੇ ਦਾਂਗੇ, ਤੁਸੀਂ ਆਪਣੀ ਪੋਸਟ ਦੇ ਨਾਲ ਜ਼ਰੂਰ ਸ਼ੇਅਰ ਕਰਿਓ। ਸੰਗਤ ਨੇ ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਆ ਤਾਂ ਉਹਨਾਂ ਦਿੱਤੇ ਨੰਬਰਾਂ ਤੇ ਅਕੋਮੋਡੇਸ਼ਨ ਦਾ ਵੀ ਥੋੜਾ ਦੱਸ ਦਿਓ, ਕਿਉਂਕਿ ਹੁਣ ਅਸੀਂ ਇਸ ਟਾਈਮ ਜਿਹੜੇ ਖੜੇ ਆ ਐਡਲੇਡ ਦੇ ਵਿੱਚ ਖੜੇ ਆ ਸੈਂਟਰ 'ਚ, ਆਹ ਐਡਲੇਡ ਓਵਲ ਹੈ ਪਿੱਛੇ ਸਾਡੇ, ਤੇ ਇੱਥੋਂ ਜਿਹੜਾ ਵੈਨਿਊ ਹੈ ਮੈਨੂੰ ਲੱਗਦਾ ਵੀ ਹਾਰਡਲੀ 800-900 ਮੀਟਰ ਹੋਊਗਾ ਜੀ। ਹਾਂਜੀ, ਇੱਥੋਂ ਜੇ ਤੁਸੀਂ ਬਾਏ ਵਾਕ ਜਾਣਾ ਤਾਂ 600 ਮੀਟਰ ਆ, ਜੇ ਤੁਸੀਂ ਕਾਰ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਲਿਟਰਲੀ 1 ਜਾਂ 2 ਮਿੰਟ ਲੱਗਦੇ ਆ। ਤੇ ਸੰਗਤ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਐਡੀਲੇਡ ਦੇ ਵਿੱਚ ਹੀ ਆਪਣੀ ਅਕੋਮੋਡੇਸ਼ਨ ਬੁੱਕ ਕਰੋ, ਤੁਹਾਨੂੰ ਦੂਰ ਵੀ ਨਹੀਂ ਬੁੱਕ ਕਰਨ ਦੀ ਲੋੜ, ਤੇ ਤੁਸੀਂ ਕਿਸੇ ਵੀ ਗਰਾਊਂਡ ਦੇ ਵਿੱਚ ਮੈਕਸੀਮਮ 15-20 ਮਿੰਟ ਵਿੱਚ ਪਹੁੰਚੋਗੇ, ਜਿਹੜੀਆਂ ਦੂਰ ਗੇਮਸ ਹੋ ਰਹੀਆਂ ਜਿੱਦਾਂ ਹਾਕੀ ਆ ਜਾਂ ਬਾਸਕਟਬਾਲ ਆ, ਵਾਲੀਬਾਲ ਆ। ਪਰ ਜੇ ਤੁਸੀਂ ਦੇਖਿਆ ਜਾਵੇ ਮੇਨ ਵੈਨਿਊ ਤੁਸੀਂ ਇੱਥੋਂ ਵਾਕ ਕਰਕੇ ਵੀ 5 ਮਿੰਟਾਂ 'ਚ ਪਹੁੰਚੋਗੇ। ਕਲਚਰਲ ਨਾਈਟ ਵੀ ਇਸ ਵਾਰ ਸਿਟੀ ਦੇ ਵਿਚਾਲੇ ਹੋ ਰਹੀ ਆ, ਇਹ ਬਹੁਤ ਵੱਡੀ ਗੱਲ ਆ। ਜਿਹੜਾ ਅੱਗੇ ਹੁੰਦਾ ਨਾ ਕਲਚਰ ਨਾਈਟ ਨੂੰ ਸਾਨੂੰ ਦੂਰ ਨੇੜੇ ਲੱਭਣਾ ਪੈਂਦਾ, ਸਾਨੂੰ ਇਸ ਵਾਰੀ ਐਡੀਲੇਡ ਸਿਟੀ ਕੌਂਸਲ ਤੇ ਐਡੀਲੇਡ ਗਵਰਨਮੈਂਟ ਵੱਲੋਂ ਬਹੁਤ ਸਹਿਯੋਗ ਮਿਲਿਆ। ਗਵਰਨਮੈਂਟ ਨੇ ਵੀ ਸਾਨੂੰ $1,00,000 ਦੀ ਗ੍ਰਾਂਟ ਦਿੱਤੀ ਆ, ਸਿਟੀ ਕੌਂਸਲ ਨੇ ਵੀ ਸਾਡੀ ਬਹੁਤ ਸਪੋਰਟ ਕੀਤੀ, ਉਹ ਸਾਨੂੰ ਇੱਕ ਆਪਣਾ ਟਾਊਨ ਹਾਲ ਦੇ ਰਹੇ ਆ ਜਿਹੜਾ 5-star ਆਪਣੇ ਪ੍ਰੋਗਰਾਮ ਲਈ ਯੂਜ਼ ਕਰਦੇ ਆ, ਉਹਦੇ ਵਿੱਚ ਸਾਡੀ ਕਲਚਰ ਨਾਈਟ ਹੋ ਰਹੀ ਆ, ਤੇ ਉਹ ਵੀ ਸਾਡੇ ਲਈ ਵੱਡੀ ਗੱਲ ਆ ਕਿ ਆਪਣੇ ਜਿਹੜੇ ਯੰਗਸਟਰ ਆ ਕਲਚਰ ਨਾਈਟ ਦੇ ਵਿੱਚ ਉਹ ਵੀ ਆਪਣਾ ਪਾਰਟਿਸਿਪੇਟ ਕਰਨ ਤੇ ਉਹ ਆਨੰਦ ਮਾਣਨ। ਬਿਲਕੁਲ ਜੀ, ਦੇਖੋ ਮੈਨੂੰ ਲੱਗਦਾ ਵੀ ਵਿਆਹ ਵਾਲੇ ਘਰੇ ਕਈ ਵਾਰੀ ਨਾ ਬਹੁਤ ਸਾਰੀਆਂ ਭੱਜ ਨੱਸ ਚੂਨ ਤਾਈਆਂ ਰਹਿ ਜਾਂਦੀਆਂ ਹੁੰਦੀਆਂ, ਤੇ ਅਸੀਂ ਕਈ ਵਾਰੀ ਨਿਉਂਦਾ ਦੇਣਾ ਕਿਸੇ ਨੂੰ ਰਹਿ ਜਾਂਦਾ ਕਿਸੇ ਨੂੰ। ਦੇਖੋ ਇਹਨਾਂ ਖੇਡਾਂ 'ਚ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਖੇਡਾਂ 'ਚ ਪਰਸਨਲ ਜਾਂ ਨਿੱਜੀ ਤੌਰ 'ਤੇ ਨਿਉਂਦੇ ਨਹੀਂ ਦਿੱਤੇ ਜਾ ਸਕਦੇ ਹੁੰਦੇ, ਕਿਉਂਕਿ ਬਹੁਤ ਵੱਡਾ ਕਾਰਜ ਆ। ਆਹ ਜਿਹੜੀਆਂ ਵੀਡੀਓ ਮੈਸੇਜਾਂ ਜ਼ਰੀਏ, ਪੇਜਾਂ ਜ਼ਰੀਏ ਜਾਂ ਜਿਹੜੀ ਰਿਕੁਐਸਟ ਕਰਦੇ ਇਹਨੂੰ ਨਿੱਜੀ ਸਮਝਣ, ਅਸੀਂ ਇੱਥੇ ਸਾਰੇ ਜਣੇ ਸਨੀ ਕਮੇਟੀ ਦੇ ਵਿਆਹ 'ਤੇ, ਅਤੇ ਅਸੀਂ ਐਜ਼ ਏ ਸਪੋਰਟਰ ਜਾਂ ਇਹਨਾਂ ਦਾ ਨਾਲ ਜਿਵੇਂ ਵੀ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ ਖੇਡਾਂ ਨਾਲ, ਤੁਹਾਡੇ ਕੋਲ ਇਹ ਬੇਨਤੀ ਕਰਦੇ ਹਾਂ ਵੀ ਜੇਕਰ ਅਜੇ ਤੁਸੀਂ ਟਿਕਟਾਂ ਨਹੀਂ ਬੁੱਕ ਕਰਾਈਆਂ, ਮਹਿੰਗੀਆਂ ਨਾ ਹੋ ਜਾਣ, ਛੇਤੀ ਛੇਤੀ ਟਿਕਟਾਂ ਬੁੱਕ ਕਰਾ ਲਓ। ਜੇ ਕੋਈ ਬਾਈ ਰੋਡ ਆ ਰਿਹਾ ਤਾਂ ਉਹ ਆਪਦਾ ਇੰਤਜ਼ਾਮ ਕਰ ਲਓ, ਹਾਂ ਛੁੱਟੀਆਂ ਈਸਟਰ ਦੀਆਂ ਹੁੰਦੀਆਂ ਆ 3 ਦਿਨਾਂ ਦੀਆਂ, ਠੀਕ ਆ। ਅਤੇ ਐਡਲੇਡ ਦੀ ਜਿਹੜੀ ਬਿਊਟੀ ਆ ਤੁਸੀਂ ਅਕਸਰ ਕੈਮਰੇ ਜ਼ਰੀਏ ਦੇਖਦੇ ਰਹਿੰਦੇ ਹੋ, ਅੱਜ ਕੱਲ੍ਹ ਤਾਂ ਕੋਈ ਲੁਕੀ ਨਹੀਂ ਹੈ, ਅਤੇ ਵੈਦਰ ਵੀ ਬਹੁਤ ਸੋਹਣਾ ਉਦੋਂ ਤੱਕ ਹੋਣ ਦੀ ਆਸ ਆ, ਜਿਹੜੀ ਉਮੀਦ ਆ ਵੀ ਉਹ ਨਾ ਗਰਮੀ ਨਾ ਠੰਡ, ਕਿਉਂਕਿ ਮਾਰਚ ਦੇ ਐਂਡ ਜੇ ਦੇ ਵਿੱਚ ਹੋਣ ਕਰਕੇ। ਸੋ ਤੁਸੀਂ ਆਓ। ਮੈਂ ਤਾਂ ਬਾਈ ਦੇਖੋ ਦੋ ਚੀਜ਼ਾਂ ਧਾਰ ਰੱਖੀਆਂ, ਮੈਂ ਤਾਂ ਪਹਿਲਾਂ ਹੀ ਸੁਖਵੰਤ ਨਾਲ ਗੱਲਾਂ ਕਰੀ ਜਾਂਦਾ ਸੀ, ਮੈਂ ਤਾਂ ਦੇਖੋ 3 ਦਿਨ ਘਰੇ ਜਾਂਦਾ ਨਹੀਂ, ਮੰਜਾ ਲੈ ਲਿਆ ਬਾਈ ਨੇ, ਅਸੀਂ ਮੰਜਾ ਲੈ ਲਿਆ ਆਈਟਮ ਗਰੋਸਰੀ ਵਾਲਿਆਂ ਤੋਂ, ਤੇ ਮੈਂ ਉਹਨਾਂ ਨੂੰ ਕਿਹਾ ਵੀ ਹੋਰ ਜੇ 10 ਮੰਜੇ ਦੇ ਦਿਓਗੇ, ਤੇ ਇੱਕ ਬਾਈ ਆਪਣੇ ਮੋਹਨ ਨਾਗਰੇ ਨੇ ਮੈਨੂੰ ਗੱਦੇ ਦੇਤੇ ਖਾਸੇ ਸਾਰੇ, ਠੀਕ ਹੈ ਜੀ, ਤੇ ਆਪਾਂ ਇੱਕ ਟੈਂਟ ਲਵਾ ਲੈਣਾ ਕਮੇਟੀ ਤੋਂ, ਤੇ ਉਹਦੇ 'ਚ ਤਾਂ ਸੋਇਆ ਕਰਾਂਗੇ, ਤੜਕੇ ਉੱਠ ਕੇ ਸੇਵਾ 'ਚ ਲੱਗ ਜਾ ਕਰਾਂਗੇ, ਹੱਥੇ ਜਾਇਆ ਕਰਾਂਗੇ। ਬਹੁਤ ਵਧੀਆ ਬਾਈ, ਅਸੀਂ ਹੋਰ ਵੀ ਸੰਗਤ ਨੂੰ ਚਾਹੁੰਦੇ ਹਾਂ ਕਿ ਉਹ ਵੀ ਤੁਹਾਡੇ ਵਾਂਗੂ ਇਦਾਂ ਗੇਮਾਂ ਦਾ ਹਿੱਸਾ ਬਣਨ, ਤੇ ਅਸੀਂ ਐਡੀਲੇਡ ਦੇ ਲੋਕਲ ਬਿਜ਼ਨਸ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਹਨਾਂ ਗੇਮਾਂ ਦੇ ਵਿੱਚ ਆਪਣੇ ਆਪ ਨੂੰ ਜੋੜੋ ਨਾਲ ਸਾਡੇ, ਤੇ ਗੇਮਾਂ ਦਾ ਹਿੱਸਾ ਬਣੋ, ਤੇ ਸਪਾਂਸਰਸ਼ਿਪ ਦਾ ਬਿਲਕੁਲ ਜੀ, ਇਹ ਕਿਉਂਕਿ ਪੈਸੇ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ। ਜਿਹੜੀ ਆਹ ਗੱਲ ਆਪਾਂ ਕਰ ਰਹੇ ਹਾਂ ਨਾ ਗੇਮਾਂ, ਆਪਾਂ ਗੱਲ ਤਾਂ ਕਰ ਲਈ 870,000 ਬਜਟ, ਅਸੀਂ ਨਾਲ ਨਾਲ ਚਾਹੁੰਦੇ ਕਿ ਇਹ ਛੋਟਾ ਬਜਟ ਨਹੀਂ ਹੈਗਾ, ਇਹ ਸਾਡੇ ਜਾਂ ਕਮੇਟੀ ਦੇ ਜਾਂ ਕੁਛ ਬਿਜ਼ਨਸ ਜਿਹੜੇ ਸਾਨੂੰ ਸਪਾਂਸਰ ਕਰ ਰਹੇ ਆ ਉਹਨਾਂ ਦੇ ਨਾਂ ਪੂਰਾ ਨਹੀਂ ਹੋਣ ਵਾਲਾ, ਅਸੀਂ ਸਾਧ ਸੰਗਤ ਨੂੰ ਵੀ ਪੂਰੇ ਤੇ ਆਪਣੇ ਲੋਕਲ ਬਿਜ਼ਨਸ ਨੂੰ ਵੀ ਬੇਨਤੀ ਕਰਦੇ ਕਿ ਤੁਸੀਂ ਇਹਨਾਂ ਦਾ ਹਿੱਸਾ ਬਣੋ, ਜਿੰਨੀ ਵੀ ਤੁਹਾਡੀ ਸ਼ਰਧਾ ਅਨੁਸਾਰ ਇਹਨਾਂ ਦਾ ਹਿੱਸਾ ਪਾ ਕੇ ਤੁਸੀਂ ਗੇਮਾਂ ਨੂੰ ਨੇਪਰੇ ਚਾੜੋ ਤੇ ਐਡੀਲੇਡ ਦਾ ਮਾਣ ਵਧਾਓ। ਹਾਂਜੀ ਬਿਲਕੁਲ, ਪਰ ਮੈਂ ਥੋੜ੍ਹਾ ਜਿਹਾ ਉਹਨਾਂ ਸਪੋਂਸਰਾਂ ਦਾ
मैं जरूर करना चाहूंगा जिन्होंने हुण तक जुड़े आ जिवें भाई क्वांटम ग्रुप वाले आ भाई रणजीत होरां दा पूरा ग्रुप आ उन्होंने एक लख डॉलर का जिहड़ा आश्वासन दिता बहुत वड्डी गल आ। उदों बाद जे प्लैटिनम की गल करिए तां आपणे भाई सोढ़ी चमकौर सिंह सोढ़ी होरां ने सी एस आटो वाले ते उदों बाद भाई लखा के टी क्रैश उन्होंने वह बेचारे इंडिया गए हुए पर उन्होंने कमिटमेंट की हुई आ। उदू बाद अगले साढ़े ए एस आर वाले भाई परमिंदर उन्होंने लंगर लई 50,000 की एकम ग्रोसरी ने बहुत वड्डा जिहड़ा भांडिया तो लैके प्लैटिनम उन्होंने ली हुई आ। तो इदा ही साढ़े गोल्ड च भी बहुत सारे आ रहे हैं जिवें जिवें आउणगे आपां नाल नाल अपडेट भी करते रहांगे। पर जिहड़ी फिलहाल जिहड़ी पोजीशन आ भी स्पोंसर की भी सानू होर लोड़ आ। जे तुसीं स्टॉल लाउणी चाहुंदे आ तां स्टॉल का भी जरूर सांझा कर दो। कई बिजनेस वाले ना बाहरों भी लाउणा चाहुंदे आ। बाहरों एडिलेड तो बाहरों भी तुसीं वेलकम आ। असीं साडे स्टॉल रजिस्ट्रेशन हले भी ओपन आ। साडे खजानची सरदार परमिंदर सिंह देख रहे आ जी। तुसीं उन्हां नाल संपर्क करो ते जां साडे नाल भी कर सकदे आ। असीं तुहानूं उन्हां नूं नंबर फॉरवर्ड कर देंगे जी जी। ते स्टॉल दे विच अपने जिहड़े लोक लाउणगे उन्हां लई बहुत वड्डा मौका। तुसीं इह सोचो तुहानूं 3 दिनां च 1 लख बंदा विजिट करूगा। बिग अमाउंट आ। किसी भी तरह के नाल किसी भी तरह का तुम स्टॉल लाना चाहते हो कमेटी नाल संपर्क करो तो थानू उ बहुत वधिया एक्सपोजर मिलेगा जी जी जी। जाते जाते मैं यही दस दिना कई बार की हो जाता हूँ जिदा असं वीडियो कर रहे हैं जी एक जनता वास्ते चीजा बहुत साढ़े को मिस हो जाए कोई स्क्रिप्ट नहीं होंगी किसी का नाम रह जाता कोई बिजनेस का नाम नहीं कई बार बंद मार्क्स आता है तो सानू या हरजिंदर लसाल मतलब कि कमेटी किसी नाल भी राबता करो असं वीडियो दोबारा बना देंगे कोई वो नहीं नाम दोबारा क्योंकि थोड़ा बनता जी थोड़ा नाम लेना संगत जावे है ना ते ए तुसी क्योंकि कोई भी बिजनेस है ता ही दान दिंदा है कुछ भी उहदा नाम होवे ते ओ असीं गुस्ताखी मतलब कि तो पहले ही मतलब माफी माफी मांगदे आ कई बारी हो जांदा क्योंकि जो लिखा नहीं हुंदा कुछ नहीं असीं तां मतलब कि प्रोफेशनल मीडिया भी कोई नहीं है असीं तां मतलब कि आम जिद्दां हैंगे आ कॉल ते आ गया तुसीं तां मेरा इत्थे लंघ हां जी ते ओ असीं मतलब कि हुणे थोतों मतलब कि ओ गलती कोई मंग लैंदे आ माफी उहदी ते जे थोनू लगता कि साडा नाम रह गया बिजनेस का नाम जां कोई इनफॉर्मेशन सब तो गलत भी हो जाती है कई बार या लिमिटेड होंदी है इनफॉर्मेशन ते ओ असीं मतलब कि अपनी अगे वास्ते सुधार दी बिल्कुल इत्थे जरूर दस दईए जे तुसीं कोई स्पोर्ट्स रिलेटेड कोई भी गल करनी है तो हरजिंदर सिंह लसाड़ा दा थले पोस्टर च नंबर पा देंगे ते जे तुसी कोई मार्की दे कोई फाइनेंशियल गल करनी है तो भाई परमिंदर सिंह ते उन्हां नाल संपर्क कर लियो थोनू बहुत ही इमीडिएटली रिस्पोंस करदे आ। मैं इन्हां दी बड़ी इस गल तो प्रेज करदा भी बड़े ईजी अवेलेबल ते मिंटो मिंटी रिस्पोंस दिंदे आ। ते प्रधान जी सरदार बलवंत सिंह नाल गल कर सकदे हो महावीर सिंह गरेवाल सैकटरी उन्हां नाल गल कर सकदे हो सुखविंदर बाला वाइस प्रैजीडेंट उन्हां नाल गल कर सकदे हो राजवंत सिंह कल्चरल भी देख रहे हैं नाल सिख फॉर्म का भी देख रहे हैं बहुत ही ज्यादा सीरीयसली मैं होए देखे उन्हां नूं इस काम लई बहुत जोर ला रहे बहुत जोर ला रहे सर। एक मेन चीज मैं गेमां दे विच भुल रहा इन्हां गेमां दा जिहड़ा एडिलेड तो गेम शुरू होईयां सी ते हर चीज एडिलेड तो हुंदी आ 2017 दे विच जे गेमां दा स्टैंडर्ड बनिया गया वह भी एडिलेड तो ही होया। ते इस साल असीं नवी चीज इंट्रोड्यूस कर रहे हैं विमेन नैटवर्किंग नाइट जिहड़ियां साडियां पंजाबी धीआं जां सिखां दीआं धीआं जिन्होंने आस्ट्रेलिया के इतिहास या दुनिया के किते भी मल्ला मारियां असीं उन्हां दे लई एक स्पैशल नाइट कर रहे हैं जिहदे विच नैटवर्किंग होगी और अपनियां होर बीबियां नूं अपनियां कुड़ियां नूं बच्चियां नूं दसणगीआं कि वो इस पोस्ट ते किदां पहुंचीआं। बिल्कुल इसलिए शरीत नागरा ते जैस्मिन पेंगली दोने जिहड़ियां इहनूं देख रही हैं उन्हां दा भी विच आपां पोस्टर दे विच कॉन्टैक्ट पावांगे। सो वध तों वध तुसीं कॉन्टैक्ट कर सकदे हो ते नहीं तां साडा सारिआं दा जिहड़ा धुरा जां साडे उत्ते इक इहनां नूं दस दईए वी इह मूहरे कैमरे मूहरे चौड़े होए असीं डरदे भी बहुत आ साडे ते किदां आ ओह हैगी प्रदीप सिंह पेंगली दी साडा नैशनल सैकटरी आ। मैं इक गल होर भुल गया नाल नाल तुसीं गल्लां च बिजी हो गए ਸਾਡਾ ਇੱਕ ਜੁਆਇੰਟ ਸੈਕਟਰੀ ਸਰਦਾਰ ਹਰਪ੍ਰੀਤ ਸਿੰਘ ਸੈਣੀ ਉਹ ਵਿਆਹ ਕਰਾਣੀ ਹੈ ਯੰਗ ਮੁੰਡਾ ਬਹੁਤ ਐਨਰਜੀਕ ਉਹਦੇ ਜਿੰਨਾ ਉਹਨੇ ਸਾਡਾ ਲਿਖਤ ਪੜਤ ਵਾਲਾ ਕੰਮ ਕੀਤਾ ਉਹ ਸਾਡਾ ਉਹ ਬੰਦਾ ਲਿਖਤ ਪੜਤ ਵਾਲਾ ਉਹਨੇ ਬਹੁਤ ਜ਼ੋਰ ਲਾਇਆ ਨਾਲ ਸਾਡੇ ਰੁਪਿੰਦਰ ਸਿੰਘ ਸਾਡੇ ਪਿਛਲੀਆਂ ਗੇਮਾਂ ਦੇ ਵਿੱਚ ਵੀ ਸੀਗੇ ਰੁਪਿੰਦਰ ਸਿੰਘ ਸਾਨੂੰ ਚਲੋ ਪਿਛਲੀ ਤਾਂ ਸਾਰੀ ਟੀਮ ਹੀ ਆ ਪਿਛਲੀ ਤਾਂ ਸਾਰੀ ਟੀਮ ਆ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਪਿਛਲੀ ਕਮੇਟੀ ਤੋਂ ਵੀ ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਐਡੀਲੇਟ ਦੀ ਸਾਹ ਸੰਗਤ ਤੋਂ ਵੀ ਸਾਨੂੰ ਇੰਨਾ ਹੀ ਸਹਿਯੋਗ ਮਿਲੂਗਾ ਤੇ ਗੇਮਾਂ ਨੇਪਰੇ ਚੜ੍ਹ। ਸੋ ਜੀ ਲਓ ਜੀ ਇਹ ਸੀਗੇ ਸਾਡੇ ਨਾਲ ਹਰਜਿੰਦਰ ਲਸਾਲਾ ਜੀ ਤੇ ਗੱਲਾਂ ਬਾਤਾਂ ਸਾਰੀਆਂ ਗੇਮਾਂ ਦੀਆਂ ਹੋ ਗਈਆਂ ਨੇ। ਉਹ ਕਾਲ ਜੀ ਬੜਾ ਸੀ ਇੰਡੀਆ ਜਾਣ ਦਾ ਨਹੀਂ ਜਾਣਾ ਹੁਣ ਇੰਡੀਆ ਜਾਣਾ ਤੇ ਮੈਂ ਤਾਂ ਇੱਕ ਗੱਲ ਹੋਰ ਹੈ ਉਹ ਜਾਣਾ ਲੋਕ ਤਾਂ ਇੱਥੋਂ ਕੋਈ ਫੋਨ ਲੈ ਕੇ ਜਾਂਦਾ ਕੋਈ ਕੈਮਰੇ ਲੈ ਕੇ ਜਾਂਦਾ ਉਹ ਸਰਦਾਰ ਸਿੰਘ 8-9 ਹਾਕੀਆਂ ਚੱਕੀ ਫੜਦਾ ਨਾਲ ਹਾਕੀ ਸਟਿਕ ਇੱਕ ਤਾਂ ਅਸੀਂ ਜਾਂਦੇ ਜਾਂਦੇ ਆਪਾਂ ਇੱਕ ਹੋਰ ਦੱਸ ਦਈਏ। ਸੋ ਇਹ ਹਾਕੀ ਹੈ ਜੀ ਇਹ ਬਹੁਤ ਵਧੀਆ ਲੈਵਲ ਤੇ ਖੇਡਣਾ ਇਹਨੇ ਇੰਡੀਆ ਦੇ ਪਲੇਅਰਾਂ ਲਈ ਜਾ ਰਹੀ ਹੈ ਹਾਕੀ ਹੈ ਜੀ ਹੋਰ ਵੀ ਹਾਕੀਆਂ ਲੈ ਕੇ ਸਨੀ ਜਾ ਰਹੇ ਆ ਪਰ ਮੈਨੂੰ ਅੱਜ ਇੱਕ ਗਿਆਨ 'ਚ ਵਾਧਾ ਹੋਇਆ ਇਹਨਾਂ ਨੇ ਮੇਰੇ ਗਿਆਨ 'ਚ ਵਾਧਾ ਕੀਤਾ ਮੈਂ ਇਸ ਕਈ ਵਾਰੀ ਤੁਸੀਂ ਉਹੀ ਸਮਝ ਲੈਂਦੇ ਬਹੁਤ ਸਿਆਣਾ ਮੈਂ ਬੜਾ ਸਿਆਣਾ ਨਹੀਂ ਪੈਦਲ ਹੀ ਸੀ ਆਹ ਚੱਕੀ ਆਉਂਦੇ ਸੀ
ਆਉਣ ਸਾਰ ਹੀ ਆਹ ਕਹਿੰਦੇ ਤੁਸੀਂ ਭਾਈ ਸਾਹਿਬ ਤੁਹਾਨੂੰ ਇੱਥੇ ਫੜ ਕੇ ਕੋਈ ਅੰਦਰ ਕਰ ਦੂ ਮੈਂ ਕਿਹਾ ਮੈਂ ਐਡਾ ਕੀ ਜੁਰਮ ਕੀਤਾ ਇਹ ਕੀ ਕਾਰਨ ਹਾਕੀ ਬੜੇ ਤੋਂ ਕੋਈ ਅੰਦਰ ਕਰ ਹਾਕੀ ਦਾ ਦੇਖੋ ਏਦਾਂ ਹੀ ਕਿ ਕੁਛ ਰਿਸਟ੍ਰਿਕਸ਼ਨਾਂ ਹੁੰਦੀਆਂ ਨੇ ਜਿੱਦਾਂ ਕੋਈ ਪਾਰਕਾਂ 'ਚ ਹੁੰਦਾ ਨਾ ਕਿ ਵੀ ਹਾਰਡ ਬੋਲ ਤੁਸੀਂ ਪਲੇ ਨਹੀਂ ਕਰ ਸਕਦੇ ਇੱਦਾਂ ਹੀ ਇਹ ਹੈ ਕਿ ਤੁਸੀਂ ਜਿੱਦਾਂ ਬੱਚਿਆਂ ਦਾ ਕਿਤੇ ਪਾਰਕ ਹੈ ਜਾਂ ਕੁਛ ਹੈ ਇਹ ਜੇ ਤਾਂ ਸਪੋਰਟਸ ਦੇ ਵਜੋਂ ਇਹ ਬਹੁਤ ਵਧੀਆ ਪਰ ਇਹ ਐਜ਼ ਏ ਵੈਪਨ ਯੂਜ਼ ਹੋ ਜਾਂਦਾ ਬਹੁਤ ਵੱਡਾ ਕਈ ਵਾਰੀ ਤੁਹਾਨੂੰ ਮਤਲਬ ਕਿ ਜੇ ਤੁਸੀਂ ਆਊਟ ਆਫ ਉਹ ਗੇਮ ਦੇ ਜ਼ੋਨ 'ਚੋਂ ਆ ਜਾਂ ਤੁਸੀਂ ਜਾ ਨਹੀਂ ਰਹੇ ਗਰਾਊਂਡ ਤੋਂ ਆ ਨਹੀਂ ਰਹੇ ਖਰੀਦ ਕੇ ਲਿਆ ਬਈ ਇਸ ਲਈ ਫਿਰਦੇ ਆ ਸੋ ਮਾਫੀ ਚਾਹੁੰਦੇ ਆ ਪਰ ਅੱਜ ਗਿਆਨ ਜਿਹੜਾ ਵਾਧਾ ਹੋਇਆ ਗਿਆਨ ਜਿੱਥੋਂ ਵੀ ਮਿਲੇ ਉਹ ਲੈ ਲੈਣਾ ਚਾਹੀਦਾ ਸੋ ਇੰਨੇ ਸ਼ਬਦਾਂ ਨਾਲ ਇਜਾਜ਼ਤ ਲਈਏ ਹਾਂਜੀ ਸੋ ਮਿਲਦੇ ਹਾਂ ਜੀ ਕਿਸੇ ਹੋਰ ਅਗਲੇ ਐਪੀਸੋਡ 'ਚ ਹੁਣ ਸੁਖਵੰਤ ਸਿੰਘ ਨੂੰ ਆਪਾਂ ਫੜਦੇ ਰਹਾਂਗੇ ਡੇ ਬਾਈ ਡੇ ਕਿਤੇ ਨਾ ਕਿਤੇ ਤੇ ਸਿੱਖ ਖੇਡਾਂ ਤੇ ਤੁਹਾਡਾ ਇੰਤਜ਼ਾਰ ਰਹੂਗਾ ਸਤਿ ਸ਼੍ਰੀ ਅਕਾਲ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ